ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸਰੋਂ ਦੇ ਬਾਰੇ ਗੱਲ ਕਰਦੇ ਹਾਂ। ਇਹ ਗੰਗਾਨਗਰ ਇਲਾਕੇ ਜਿੰਨੀ ਵੀ ਸਰੋਂ ਬੀਜੀ ਜਾ ਰਹੀ ਹੈ ਸਾਰੇ 'ਚ ਇੱਕ ਪ੍ਰੋਬਲਮ ਆ ਰਹੀ ਹੈ, ਹੁਣ ਦਿਖਾਉਂਦੇ ਹਾਂ। ਸਰੋਂ ਨਾ ਦੇਖੋ ਸਵੇਰ ਸਵੇਰ ਦਾ ਟਾਈਮ ਹੈ, ਥੱਲੇ ਕਮਲਾ ਰਹੀ ਹੈ ਜਿਵੇਂ ਪਾਣੀ ਮੰਗਦੀ ਹੋਵੇ। ਤੂੰ ਪਾਣੀ ਨੂੰ ਹਫ਼ਤਾ ਹੀ ਨਹੀਂ ਹੋਇਆ ਲੱਗੀ ਨੂੰ, ਕੱਲ ਤੱਕ ਸਹੀ ਸੀ, ਅੱਜ ਹੀ ਇਹ ਦਿਖ ਰਹੀ ਹੈ। ਕਈ ਲੋਕ ਕਹਿ ਰਹੇ ਸੀਗੇ ਵੀ ਬੀਜ ਦੇ ਵਿੱਚ ਪ੍ਰੋਬਲਮ ਹੈ, ਇਹ ਬੀਜ ਆਪਣਾ ਘਰ ਦਾ ਬੀਜਿਆ ਹੋਇਆ ਕੋਈ ਮੁੱਲਦਾ ਨਹੀਂ, ਫਾਈਨਰ ਸਰੋਂ ਆ ਜੀ ਸਾਰੀ ਪੱਤੇ ਥੱਲੇ ਡਿੱਗ ਰਹੇ ਹੈਗੇ ਆ। ਹੋਰ ਕਿਹੜੇ ਕਿਹੜੇ ਵੀਰਾਂ ਦੀ ਪ੍ਰੋਬਲਮ ਆ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਹਦਾ ਕੋਈ ਇਲਾਜ ਹੋਵੇ ਤਾਂ ਵੀ ਦੱਸਿਓ। ਕਈ ਵੀਰਾਂ ਦਾ ਇਹ ਵੀ ਕਹਿਣਾ ਵੀ ਤਾ ਮਾਰ ਰਿਹਾ ਤਾ ਦਾ ਕਰਕੇ ਹੈ, ਰਾਤ ਨੂੰ ਕਿਹੜਾ ਤਾ ਮਾਰਨਾ ਜੀ, ਸੱਚ ਦਾ ਬਿਲਕੁਲ ਜਾਨ ਹੀ ਖਤਮ ਹੋ ਗਈ ਬੂਟੇ ਦੀ। ਇਹ ਅੱਜ ਤੋਂ 20 ਦਿਨ ਪਹਿਲਾਂ ਜਿਨ੍ਹਾਂ ਨੇ ਪਾਣੀ ਲਾਏ ਸੀ ਉਹਨਾਂ ਦੇ ਜ਼ਿਆਦਾ ਸੀ ਪ੍ਰੋਬਲਮ, ਅੱਜ ਥੋੜ੍ਹੀ ਜਿਹੀ ਘੱਟ ਆ। ਆਪਣੇ ਗੇਤੀਆਂ ਸਰੋਂ ਜ਼ਿਆਦਾ ਸੀ,